ਅਸਲਾਮ ਅਲੈਕੁਮ ਕੀ ਹਾਲ ਚਾਲ ਆ ਜੀ ਕਿਦਾਂ ਸਭ ਵਧੀਆ ਹਰ ਤਰ੍ਹਾਂ ਖੈਰੀਅਤ ਹੈ ਜੀ ਅੱਜ ਜੀ ਵਰਲਡ ਫੇਮਸ ਮਿਸਤਰੀ ਬਸ਼ਾਰਤ ਦੀ ਕਾਲ ਹੋਣ ਜਾ ਰਹੀ ਹੈ ਜੀ ਉਹ ਕਾਲ ਜਿਹਨੇ ਪੂਰੀ ਦੁਨੀਆ ਚ ਧੁਮਾ ਪਾਈਆ ਬਹੁਤ-ਬਹੁਤ ਸ਼ੁਕਰੀਆ ਇਹ ਜੋ ਕੁਝ ਵੀ ਹੁੰਦਾ ਹੈ ਤੁਹਾਡੇ ਸਿਰ ਤੇ ਹੁੰਦਾ ਹੈ ਰੱਬ ਦੀ ਰਹਿਮਤ ਨਾਲ ਹੁੰਦਾ ਹੈ ਬਹੁਤ-ਬਹੁਤ ਸ਼ੁਕਰੀਆ ਅੱਜ ਆ ਮੈਂ ਘਰ ਬਣਾ ਰਿਹਾ ਸੀ ਜਿਹੜਾ ਉਹਦੇ 'ਚ ਮੈਂ ਮਿਸਤਰੀ ਸਾਹਿਬ ਲਾਇਓਏ ਸੀਗੇ ਪਰ ਇਹ ਮਿਸਤਰੀ ਸਾਹਿਬ ਸਹੀ ਨਹੀਂ ਹੈਗੇ ਇਸ ਵਾਸਤੇ ਅਸੀਂ ਚਾਚੇ ਬਿਸ਼ਾਰਤ ਨੂੰ ਕਾਲ ਮਲਾਉਣੀ ਹੈ ਤੇ ਮਜ਼ਾ ਲੈਣਾ ਤੁਹਾਨੂੰ ਪਤਾ ਚਾਚੇ ਬਿਸ਼ਾਰਤ ਦਾ ਕਿ ਉਹ ਕਿੱਡੀ ਵੱਡੀ ਆਈਟਮ ਆ ਕਿੱਡੀ ਵੱਡੀ ਗੇਮ ਆ ਤੁਸੀਂ ਪਹਿਲੇ ਇੱਕ ਮਰਲੇ ਵਾਲੀ ਕਾਲ ਤੇ ਅੱਜ ਜਿਸ ਕਾਲ ਦੇ ਵਿੱਚ ਮੇਰੇ ਚਾਚੇ ਦੇ ਪੁੱਤਾਂ ਨੇ ਆਉਣਾ ਸੀ ਉਹ ਕਾਲ ਸੁਣੀਆਂ ਤੁਸੀਂ ਸਾਰਿਆਂ ਅੱਜ ਵੀ ਇੱਕ ਤਕੜੀ ਕਾਲ ਹੋਣ ਜਾ ਰਹੀ ਹੈ ਤੇ ਮੇਰੇ ਨਾਲ ਰਹੀਓ ਤਾਂ ਬਹੁਤ-ਬਹੁਤ ਸ਼ੁਕਰੀਆ ਮੇਰਾ ਚੈਨਲ ਸਬਸਕ੍ਰਾਈਬ ਕਰਨ ਦਾ ਤੇ ਜਿਨ੍ਹਾਂ ਦੋਸਤਾਂ ਨੇ ਹਾਲੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਨਾਲ ਜਿਹੜਾ ਘੰਟੀ ਦਾ ਬਟਨ ਆ ਉਹਨੂੰ ਜ਼ਰੂਰ ਦਬਾਓ ਤੇ ਆ ਮੇਰਾ ਫੇਸਬੁੱਕ ਪੇਜ ਨਜ਼ਰ ਆ ਰਿਹਾ ਤੁਹਾਨੂੰ ਇਹਨੂੰ ਜਿਹੜਾ ਆ ਉਹ ਲਾਈਕ ਕਰ ਦਿਓ ਬਹੁਤ-ਬਹੁਤ ਸ਼ੁਕਰੀਆ ਲਓ ਜੀ ਕਾਲ ਮਲਾਉਣੇ ਆ ਜੀ ਕੀ ਅਸੀਂ ਕੋਈ ਨਵੇਂ ਘਰ ਬਣਾਉਣ ਲੱਗੇ ਆ ਜਾਂ ਸਾਨੂੰ ਪਹਿਲੇ ਪਤਾ ਨਹੀਂਗਾ ਘਰ ਬਣਾਉਣ ਦਾ ਸਰ ਅਸੀਂ ਕਿਹੜਾ ਕੋਈ ਨਵੇਂ ਘਰ ਬਣਾਉਣ ਲੱਗੇ ਅੱਲਾਹ ਦੀ ਰਹਿਮਤ ਨਾਲ ساری ਜ਼ਿੰਦਗੀ ਅਸੀਂ ਮਿਸਤਰੀ ਪੁਣਾ ਹੀ ਕੀਤਾ ਮਿਸਤਰੀ ਪੁਣਾ ਕੀਤਾ ਤੁਸੀਂ ਹਾਏ ਇਹ ਕਿ ਮਤਲਬ ਕਿ ਨਵਾਂ ਡਰਾਮਾ ਤੁਸੀਂ ਸਾਨੂੰ ਗੱਲਾਂ ਸਿਰਫ ਸਾਡੇ ਦਾਦੇ ਪੜਦਾਦਿਆਂ ਤੋਂ ਐਡਾ-ਐਡੀ ਵੱਡੀਆਂ ਹਵੇਲੀਆਂ ਅਸੀਂ ਬਣਾਉਂਦੇ ਆ ਰਹੇ ਆ ਸਾਡੇ ਤੇ ਜੱਦੀ ਪੁਸ਼ਤੀ ਲੋਕ ਕੰਮ ਕਰਦੇ ਆ ਰਹੇ ਆ ਭਾਜੀ ਅੱਲਾ ਦੀ ਰਹਿਮਤ ਨਾਲ ਅਸੀਂ ਵੀ ਖਾਨਦਾਨੀ ਮਿਸਤਰੀ ਆ ਸਾਡੇ ਵੀ ਪਿਓ ਦਾਦੇ ਤੋਂ ਮਿਸਤਰੀਆਂ ਦਾ ਕੰਮ ਹੀ ਕੀਤਾ ਤੇ ਅਸੀਂ ਵੀ ਅੱਲਾ ਦੀ ਰਹਿਮਤ ਨਾਲ ਮਿਸਤਰੀ ਆ ਭਾਈ ਮੈਨੂੰ ਫੋਨ ਕੀਤਾ ਮੈਂ ਨਾਲ ਤੇ ਗੱਲ ਕਰ ਲੋ ਯਾਰ ਮਿਸਤਰੀਆਂ ਤੋਂ ਜੇ ਮਿਸਤਰੀ ਪਤਾ ਕਿਹਨੂੰ ਕਹਿੰਦੇ ਆ ਆ ਮੈਂ ਹੁਣ ਨੰਬਰ ਮਲਾਉਣ ਡਿਆ ਨਾ ਕਿਤੇ ਅੱਗ ਚੁੱਕ ਲਵੇ ਚਾਚਾ ਬਿਸ਼ਾਰਤ ਤੇ ਫਿਰ ਪਤਾ ਲੱਗੇਗਾ ਉਹ ਕਦੋਂ ਦਾ ਮਿਲ ਗਿਆ ਯਾਰ ਕੌਣ ਆ ਫੋਨ ਕਿ ਮਿਲ ਹਾਲੋ ਆ ਲੋ ਅਸਲਾਮ ਅਲੈਕਮ ਚਾਚਾ ਬਿਸ਼ਾਰਤ ਵਾਲੇਕਮ ਸਲਾਮ ਬਹੁਤ ਕੀ ਹਾਲ ਚਾਲ ਹੈ ਰੱਬ ਦਾ ਕਰਮ ਬਬਾ ਰਣਾ ਇਜਾਜ਼ ਗੱਲ ਕਰਦਾ ਕਹਾਲਾ ਬਾਈ ਤੇਰਾ ਠੀਕ ਹੈ ਜੀ ਆ ਗਿਆ ਚਾਤਾ ਹਾਂ ਜੀ ਆ ਗਿਆ ਜੀ ਸਨਾ ਕੀ ਬਣਿਆ ਤੇਰੇ ਆ ਤੇ ਇੱਕ ਮਰਲੇ ਵਾਲੇ ਦਾ ਮਕਾਨ ਦਾ ਕੀ ਬਣਿਆ ਇੱਕ ਮਰਲੇ ਲਾ ਉਹਦੀ ਧੁੰਮ ਬਹੁਤ ਪੈ ਗਈ ਸੀ ਨਾ ਚਾਚਾ ਬਿਛਰ ਤੂੰ ਤਾ ਬਣਾਇਆ ਨਹੀਂ ਸੀਗਾ ਮਾਂ ਕੀ ਕਿਸੇ ਨੇ ਮੈਨੂੰ ਕਾਕਾ ਬਣਾਉਣਾ ਉਹ ਬਤਾ ਇੱਕ ਮਰਲੇ ਦਾ ਮਕਾਨ ਕੌਣ ਬਣਾਉਂਦਾ ਯਾਰ ਓਏ ਇੱਕ ਇੰਗਲੈਂਡ ਦੀ ਫੈਮਿਲੀ ਆਈ ਸੀ ਨਾ ਉਸ ਮਕਾਨ ਥੱਲੇ ਨਹੀਂ ਉਹ ਕਹਿੰਦੇ ਸੀ ਕਿ ਹਾਂ ਬੇਚੋ ਤਾਂ ਆ ਨਹੀਂ ਸਕਦੀ ਕਾਕਾ ਕੋਈ ਫੈਮਲੀ ਤੇ ਤਾਂ ਗੱਲ ਹੀ ਨਾ ਹੋਏ ਇੱਕ ਮਰਲੇ ਚ ਕਹਿੰਦੇ ਬੁੱਲਾ ਦਸ ਫਟੇ ਮੂੰ ਇੱਕ ਮਰਲੇ ਦੇ ਵਿੱਚ ਤਾਂ ਇੱਕ ਕੱਲਾ ਬੰਦਾ ਨਹੀਂ ਰਹਿੰਦਾ ਤੂੰ ਫੈਮਲੀ ਰੱਖੀ ਜਾਂਦਾ ਨਹੀਂ ਉਹ ਕਹਿੰਦੇ ਸੀ ਕੋਈ ਕਿਸੇ ਬੰਦੇ ਨੂੰ ਉਹਨਾਂ ਨੇ ਕਿਹਾ ਸੀ ਇੱਥੇ ਪਾਕਿਸਤਾਨ ਚ ਕਿ ਸਾਨੂੰ ਖੁੱਲਾ ਜਿਹਾ ਕੋ ਮਕਾਨ ਚਾਹੀਦਾ ਕਿਹੜਾ ਖੁੱਲਾ ਜਿਹਾ ਖੁੱਲਾ ਜਿਹਾ ਯੋ ਉਹਨਾਂ ਨੇ ਵੇਖਿਆ ਕੋਈ ਨਹੀਂ ਕਿ ਸਿਰਫ ਉਤੋਂ ਖੁੱਲਾ ਅਸਮਾਨ ਨਜ਼ਰ ਆਉਂਦਾ ਖੁੱਲਾ ਹੋਰ ਕੱਖ ਵੀ ਨਹੀਂ ਖੁੱਲਾ ਕਾਟੇ ਯਾਰ ਤੇਰਾ ਮਕਾਨ ਸੇ ਮੈਨੂੰ ਕਿ ਆ ਬਬਾ ਮੈਨੂੰ ਕੱਲ ਹੀ ਫੋਨ ਕੀਤਾ ਮੇਰੇ ਇਹਦਾ ਚਾਚਾ ਬਿਸ਼ਰਾ ਤੇ ਮੋਟਰਸਾਈਕਲ ਬੜੇ ਕੋਲੋਂ ਲੰਘਦੇ ਕੰਮ ਜੀ ਹੋਇਆ ਕਾਕਾ ਬਬਾ ਉਤੋਂ ਮੋਟਰਸਾਈਕਲ ਕੋਲੋਂ ਹੀ ਲੰਘਦੇ ਆ ਹੋਰ ਮੋਟਰਸਾਈਕਲ ਕਿਹੜਾ ਕੋਈ 4 ਕਿਲੋਮੀਟਰ ਪਰੇ ਹੋਣਾ ਲੰਘਦੇ ਲੱਗੋ ਤੇ ਘਾ ਦਿੰਦੇ ਲੋ ਇਹੋ ਫੇ ਮੈਂ ਵੇਚਦਾ ਮਕਾਨ 4 ਕਰੋੜ ਰੁਪਏ ਦਾ ਹਾਂ ਕਰਨਾ ਤਾਂ ਪਾਚਾ 4 ਕਰੋੜ ਦਾ ਪੂਰੀ ਗਲੀ ਵਿੱਚ ਪੂਰੀ ਗਲੀ ਵਿੱਚ ਆ ਯਾਰ ਮਾਣਾ ਬੱਬਾ ਕਬਰ ਰਾਣਾ ਬਕਵਾਸ ਨਾ ਕਰ ਬਬ ਇੱਕ ਮਰਲੇ ਦਾ ਹੈ 4 ਕਰੋੜ ਦਾ ਲੱਦਸ ਕਿਨੇ ਕੋ ਕਿਨੇ ਲਾਣਾ ਯਾਰ ਨਹੀਂ ਉਹ ਉਹਦੇ ਚ ਕਮਰੇ ਬਾਬਾ ਬਣ ਗਏ ਸੀ 22 23 ਕਮਰੇ ਕਿਹਦੇ ਵਿੱਚ ਉਹਦੇ ਚ ਹਾਂ ਇਹ ਹੇਟ ਉੱਪਰ ਬੜਾ ਹੈ ਕਮਰੇ ਯਾਨੀ ਕਿ ਇੱਕ ਦੂਆ ਕਮਰਾ ਉੱਤੇ ਫਿਰ ਉਸ ਤੋਂ ਉੱਤੇ ਫਿਰ ਉਸ ਤੋਂ ਉੱਤੇ ਫਿਰ ਉਸ ਤੋਂ ਉੱਤੇ ਫਿਰ ਇਦਾਂ ਸਤਵੇਂ ਜ਼ਮਾਨ ਤੱਕ ਇਦਾਂ ਨਹੀਂ ਥਲੇ ਥਲੇ ਬਾਈ ਕਮਰੇ ਬਣਾਏ ਤੇ ਮਤਲਬ ਕਿ ਸਿੰਗਲ ਸਟੋਰੀ ਬਣਾ ਸਿੰਗਲ ਸਟੋਰੀ ਬਣਾਇਆ ਸੀ ਆ ਬਾਈ ਮੇਰਾ ਬਾਈ ਬਸ ਕਰਦਾ ਯਾਰ ਜਾਣਦਾ ਮੈਂ ਕੰਮ ਤਾਂ ਆਇਆ ਸਤਿਆ ਤੂੰ ਉਹ ਗੋਮਲ ਖਜਾਉਂਦਾ ਬੱਸ ਛੱਡ ਦੇ ਯਾਰ ਉਹ ਤੇ ਰੋ ਇੱਕ ਮੱਲੇ ਦੀ ਉਹ ਤਾਂ ਗੱਲ ਤੁਹਾਡੀ ਠੀਕ ਆ ਚਾਚਾ ਬਿਸ਼ਾਰਤ ਪਰ ਨਾ ਆ ਜਦੋਂ ਅਸੀਂ ਘਰ ਬਣਾਉਣਾ ਸੀ ਨਾ ਕਿਹੜਾ ਜਿਹੜਾ ਹੁਣ ਅਸੀਂ ਸ਼ੁਰੂ ਕੀਤਾ ਹੁਣ ਫੇਰ ਕੋ ਘਰ ਬਣਾਇਆ ਹਾਂਜੀ ਕਿਹੜਾ ਮਸੀਤਾਂ ਤੋਂ ਇੱਕ ਮੱਲੇ ਵਾਲੇ ਆਪਣਾ ਮਕਾਨ ਤੋਂ ਜਾਨ ਛੜਾਈ ਤਾਂ ਹੁਣ ਕਿਹੜਾ ਬਣਾ ਲੈ ਚਾਚਾ ਬਿਸ਼ਰਤ ਰੱਬ ਜਦੋਂ ਦਿੰਦਾ ਹੈ ਨਾ ਆ ਤੇ ਛੱਪਰ ਫਾੜ ਕੇ ਦਿੰਦਾ ਲੋਕਾਂ ਨੂੰ ਕਾਇਨ ਨੂੰ ਤੈਨੂੰ ਖਰੇ ਤੈਨੂੰ ਕਿਤੇ ਚੂੰਡੀ ਨਾਲ ਹੀ ਦਿੰਦਾ ਲੱਗਦਾ ਹੁਣ ਕਿਹੜਾ ਘਰ ਲੈ ਲਿਆ ਇਹ ਆ ਕਿ ਕਾਰੋਬਾਰ ਸ਼ੁਰੂ ਕਰ ਲਿਆ ਕਾਹਦਾ ਮੈਂ ਆ ਕੱਪੜੇ ਦਾ ਤੂੰ ਕਾਰੋਬਾਰ ਸ਼ੁਰੂ ਕਰ ਹਾਂ ਤਿੰਨ ਭਰਾ ਬਾਹਰ ਚਲੇ ਗਏ ਕਪੜਾ ਤੇ ਹੀ ਬਚਣ ਹਾਂ ਇੰਗਲੈਂਡ ਇੰਗਲੈਂਡ ਹਾਂਜੀ ਬੱਲਾ ਬੱਲੇ ਤੇ ਲਹਿਰਾਂ ਬਹਿਰਾਂ ਹੋ ਗਈਆਂ ਵਾ 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 ਮਾਲਕ ਹੋਰ ਰੰਗ ਲਾ ਬਸ ਇਹ ਆ ਕੇ ਉਹ ਮਰਲਾ ਵੇਚਿਆ ਬਸਤੀ ਦਾ ਘਰ ਲੋਕਾਂ ਨੇ ਤਾਂ ਮੇਰੀ ਛੇੜ ਬਣਾ ਲਈ ਸੀ ਉਹ ਜਾਂਦਾ ਹੀ ਇੱਕ ਮਰਲੇ ਵਾਲਾ ਇੱਕ ਮਰਲੇ ਵਾਲਾ ਕਪੜਾ ਯਾਰ ਖਲੋ ਜਾ ਮੈਨੂੰ ਕੋਈ ਗੱਲ ਵੀ ਸਮਝਲਾ ਉਹ ਇੱਕ ਮਰਲੇ ਦਾ ਵੇਚ ਕੇ ਤੈਨੂੰ ਭਰਾ ਵਰਗਾ ਨਹੀਂ ਨਹੀਂ ਉਹ ਪਹਿਲੇ ਹੀ ਚਲੇ ਗਿਆ ਸੀ ਕਾਰੋਬਾਰ ਜੂ ਵੱਧ ਗਿਆ ਮੈਂ ਇੱਥੇ ਕੱਪੜੇ ਦਾ ਕੰਮ ਕਰਦਾ ਪੂਰੇ ਪਾਕਿਸਤਾਨ ਦੇ ਕੱਪੜੇ ਤੇ ਇੱਕ ਮਰਲਾ ਵੇਚ ਕੇ ਬਾਹਰ ਕਿੱਦਾਂ ਬੰਦਾ ਇੱਕ ਮਰਲੇ ਦੇ ਵਿੱਚੋਂ ਦਾ ਬੰਦਾ ਬਾਹਰ ਨਹੀਂ ਜਾ ਸਕਦਾ ਇੱਕ ਮਰਲਾ ਵੇਚ ਕੇ ਮੁਲਕੋਂ ਬਾਹਰ ਕੇ ਮੈਂ ਚਲਾ ਗਿਆ ਆ ਫਿਰ ਤੇ ਫਿਰ ਇਹ ਅੱਲਾਹ ਨੇ ਰਹਿਮਤ ਕਰਤੀ ਗੱਡੀਆਂ ਕਾਰਾਂ ਮੋਟਰਾਂ ਫਲੇ ਫਲੇ ਤੇ ਬਸ ਹੁਣ ਤਾਂ ਪੈਸੇ ਦੀਆਂ ਜੜੀ ਆ ਕੋ ਸਮਝ ਨਹੀਂ ਆਉਂਦੀ ਕਿ ਲਾਉਣਾ ਕਿੱਥੇ ਸਭ ਆ ਜੀ ਕਹਿੰਦੇ ਹਾਂ ਜੀ ਮੈਂ ਮਹੀਨੇ ਦੋ ਗੁਨਾ ਮੈਂ ਨੂੰ ਤਾਂ ਮੈਨੂੰ ਤਾਂ ਇਹ ਜਆ ਪੈ ਮੈਨੂੰ ਬਾਅਦ ਸਮਝ ਮੈਂ ਤਾਂ ਇਹ ਕਿ ਪੈਰ ਦੀ ਸਮਝ ਆਵੇ ਕਿੱਥੇ ਕਿੱਥੇ ਲਾਉਣਾ ਭਾਜੇ ਨੂੰ ਸਮਝ ਆ ਜੂਗਾ ਮਤਲਬ ਹੁਣ ਘਰ ਵੱਡਾ ਹੀ ਬਣੇਗਾ ਚਲ ਅੱਲਾ ਤੈਨੂੰ ਹੋਰ ਤਾਂ ਭਾਈ ਜੀ ਕਿਹੜਾ ਇੱਕ ਕਮਰਲੇਲਾ ਵੇਚਿਆ ਹਾਂ ਤੇ ਪੈਸੇ ਵਿੱਚ ਪਾਪੂ ਕਿਤੇ ਆਪਾਂ ਸਵਾ ਮਰਲਾ ਲੈ ਲਿਆ ਇੱਕ ਮਰਲਾ ਵੇਚੋ ਚੁੱਕਾ ਹੈ ਵੇਚ ਪਾਇਆ ਹੈ ਪਾ ਕੇ ਸਵਾ ਮਰਲਾ ਲੈ ਹਾਂ ਜੀ ਮੈਨੂੰ ਆ ਦੱਸਦੇ ਮੈਂ ਫੋਨ ਬੰਦ ਕਰਦੇ ਆ ਯਾਹਾਂ ਪੇ ਮ ਆਪਣੇ ਸਿਰ ਦੇ ਵਿੱਚ ਮਾਰ ਲਾ ਮੈਂ ਕਿਹੜਾ ਯਾਰ ਬੜਾ ਮਜ਼ਾਕ ਕਰਦਾ ਬੜੀ ਅੱਲਾ ਨੇ ਰਹਿਮਤ ਕੀਤੀ ਇਹ ਆ ਕਿ ਲੋਕੀ ਪਹਿਲੇ ਗੱਲਾਂ ਕਰਦੇ ਸੀ ਹਾਂ ਹੁਣ ਗਾਲਾਂ ਕੱਢਦੇ ਹੋਣਾ ਹਾਂ ਮਰਲੇ ਮਰਲੇ ਤੋਂ ਬਾਅਦ ਵੀ ਚਵਲ ਮਾਰੀ ਜਾਂਦਾ ਸਵਾ ਮਰਲਾ ਲੈ ਲਿਆ ਦਰ ਫਟਾ ਮੋ ਯਾਰ ਤੇ ਤੈਨੂੰ ਕੋ ਢਾਈ ਮਰਲੇ ਦਾ ਤਿੰਨ ਮਰਲੇ ਦਾ ਨਹੀਂ ਕੋ ਤਾਂ ਪੰਜ ਮਰਲੇ ਤੇ ਮਰ ਜਾ ਕਤ ਹੈ ਉਹ ਵੀ ਵਿਕਦੇ ਆ ਮੈਨੂੰ ਦੱਸਦੇ ਕਿ ਤਾ ਮੈਂ ਤੈਨੂੰ ਪਲਾਟ ਲਾ ਦਣਾ ਕਿ ਤਾ ਬਟਾ ਇਹ ਬਣਾਉਣਾ ਸੀ ਆਪਾਂ ਪਲਾਟ ਬਾਸਾ ਤੇ ਮੈਂ ਤੈਨੂੰ ਬੜੇ ਫੋਨ ਕੀਤੇ ਚਾਚਾ ਬਿਸ਼ਾਰਤ ਤੇਰਾ ਰਿਆ ਨੰਬਰ ਬੰਦ ਮੇਰੇ ਪਕੜਾ 7 ਵਾਲਾ ਨੰਬਰ 7 ਵਾਲਾ 7 ਵਾਲਾ ਤਾਂ ਮੇਰਾ ਨੰਬਰ ਬੰਦ ਤਾਂ ਸੀਗਾ ਹਾਂਜੀ ਬੰਦ ਜਾ ਰਿਹਾ ਸੀ ਤਾਂ ਮਨੂੰ ਟੈਲੀਫੋਨ ਕਰ ਦਿੰਦਾ ਮੈਂ ਉਹਨੂੰ ਓਪਨ ਕਰ ਲੈਂਦਾ ਯਾਰ ਇਹ ਕਾੜੀ ਗੱਲ ਮਨੂੰ ਖੋਲਦਾ ਤਾਂ ਸਹੀ ਪੁੱਤ ਤੇਰਾ ਫੋਨ ਆਉਣਾ ਮੈਨੂੰ ਕੋਈ ਪਤਾ ਕੀ ਕੀਤਾ ਹੋਰ ਫਿਰ ਮੈਂ ਲਾ ਲਿਆ ਮਿਸਤਰੀ ਉੱਥੇ ਕੋਈ ਹੋਰ ਹਾਂਜੀ ਕੋਈ ਹੋਰ ਇੰਨੇ ਉਹ ਤਬਾਈ ਫਲਾਈ ਆ ਨਾ ਇੱਥੇ ਉਹ ਤਬਾਈ ਫਲਾਈ ਆ ਆ ਮੇਰੇ ਕੋਲ ਬੈਠਾ ਹੈ ਮੇਸਤਰੀ ਹਮੇਸਤਰੀ ਆச்சா ਮੇਰੇ ਮੂੰਹ ਵਾਲ ਦੇਖੀ ਜਾਂਦਾ ਤੈਨੂੰ ਕਾ ਕੰਮ ਕਰਾ ਰ ਮੂੰਹ ਵਾਲ ਕ ਲਈ ਦੇਖੀ ਜਾਂਦਾ ਤੂੰ ਬਾਂਦਰ ਲੱਗਦਾ ਇਹਨੂੰ ਤੇਰੇ ਵਾਲੀ ਵੇਖੀ ਜਾਂਦਾ ਦਿੱਤਾ ਬਿਸ਼ਾਰਤ ਹੁਣ ਦੱਸ ਦਿਮਾਗ ਖਰਾਬ ਕਰਨ ਵਾਲੀਆਂ ਗੱਲਾਂ ਕਿੰਨਾ ਚਿਰ ਹੋ ਗਿਆ ਭਲਾ ਤੈਨੂੰ ਕੰਮ ਕਰ ਦੇਣ ਮਾਨੂੰ ਕੋ 45 ਵਾਂ ਸਾਲ 45 ਵਾਂ ਸਾਲ ਜਿਹੜੇ ਗਾਡਰ ਟਾਇਰ ਹੁੰਦੇ ਆ ਇਹ ਕਿੱਥੇ ਪੈਂਦੇ ਹੁੰਦੇ ਛੱਤਾ ਤੇ ਪਾਈਦੇ ਆ ਸਾਰਿਆਂ ਨੂੰ ਪਤਾ ਮੈਨੂੰ ਕਦੀ ਪੁੱਛੀ ਜਾਂਦਾ ਇਹ ਮੈਨੂੰ ਕਹਿੰਦਾ ਮੈਂ ਫਰਸ਼ 'ਚ ਪਾਉਣੇ ਕਥਾ ਪਾਉਣਾ ਪਰ ਅਸ ਹਾਂ ਆ ਵੰ ਮਿਸਤਰੀ ਕਹਿੰਦਾ ਹਾਂਜੀ ਹਲੋ ਤਾਂ ਮੇਰਾ ਟੈਲੀਫੋਨ ਜਾ ਰਿਹਾ ਐ ਗੱਲ ਕਰੋ ਮਿਸਤਰੀ ਸਾਹਿਬ ਫਰਜ਼ੰਦ ਸਾਹਿਬ ਵੱਡੇ ਮਿਸਤਰੀ ਹਲੋ ਕਾ ਕਾ ਭਾਈ ਮਾਲ ਹਲੋ ਆ ਕੀ ਨਾ ਕਾ ਤਰਾ ਕਾਕਾ ਮਿਸਤਰੀ ਫਰਜ਼ੰਦ ਬੋਲਣ ਡਿਆ ਜੀ ਮਿਸਤਰੀ ਫੜ ਜਾਂਦਾ ਤੇ ਇਹ ਘਰ ਹੈਗਾ ਆਪਣਾ ਹੀ ਸਮਝ ਆਈ ਜਾਂ ਤੇ ਕੰਮ ਬੰਦੇ ਦੇ ਪੁੱਤਰਾ ਨਾਲ ਕਰ ਬਾਲੇ ਆ ਕਿਹੜੀ ਗੱਲ ਟਾਇਰ ਕਾਟ ਕਿਥੇ ਪਾਉਨੇ ਆ ਤੂੰ ਅੱਲਾ ਦੀ ਰਹਿਮ ਅੱਲਾ ਜੀ ਅਸੀਂ ਦਾਦੇ ਪੜਦਾਦੇ ਮਿਸਤਰੀਆਂ ਦਾ ਕੰਮ ਆ ਕਰੰਡਾ ਆ ਸਾਨੂੰ ਕਿਸਨੇ ਦੱਸਣਾ ਅੱਲਾ ਦੀ ਰਹਿਮ ਮਾਤਾ ਤੇਰੀ ਆ ਪਿਛਲ ਨਾ SLAੜੀ ਪੁੱਛੀ ਆ ਮਤਲਬ ਉਹ ਬੁਜਰਨਾ ਬੱਟੀਰ ਗਾੜਾ ਕਿੱਥੇ ਪਾਉਣਾ ਆ ਤੂੰ ਉਹ ਸਾਡਾ ਤੇ ਪਿਓ ਕਿਸੇ ਪਲਾਟ ਅਗੇ ਲੰਘ ਜਾਵੇ ਤੇ ਪਲਾਟ ਦੀ ਇੱਟ ਬੋਲਣ ਲੱ ਪੈਂਦੀ ਆ ਕਿ ਮੈਂ ਚਾਚਾ ਜੀ ਗਲਤ ਲੱਗੀਆਂ ਕਿ ਸਹੀ ਲੱਗੀਆਂ ਹੈ ਉਹ ਟੀਆਰ ਪੈਂਦੇ ਟੀਆਰ ਗਾੜਾ ਥੱਲੇ ਆ ਫਰਸ਼ ਦੇ ਵਿੱਚ ਤੇ ਮੈਂ ਕਿੱਦਾਂ ਉੱਤੇ ਪਾ ਦਿਆਂ ਬਈ ਉਹ ਫਰਸ਼ ਦੇ ਵਿੱਚ ਗਾਲ ਮੋਂਦਾ ਯਾਰ ਤੇਰਾ ਤਬਾਕਰਾ ਬਬਾ ਪੱਖਾ ਲਾਉਣਾ ਜਮੀਨ ਦੇ ਥੱਲੇ ਵੜ ਕੇ ਲਾਉਣਾ ਉਹ ਮਿਸਤਰੀ ਫਰਜੰਦ ਲਾਉਂਦਾ ਫਰਸ਼ ਦੇ ਵਿੱਚ ਟੀਆਰ ਗਾਡਰ ਇਹ ਕਿਹੜਾ ਕੋ ਅੱਲਾਹ ਰਹਿਮ ਕਰੇ ਔਖੀ ਗੱਲ ਆ ਆ ਭਾਈ ਮਾਰ ਜਿਆ ਹਲਾ ਹੋਵੇ ਬੰਦੇ ਦੀ ਮੇਰੀ ਗੱਲ ਸੁਣਾਏ ਇਹਨਾਂ ਨੇ ਜਦੋਂ ਪੱਖਾ ਲਾਉ ਲੌਲਾ ਹਾਂ ਉਹ ਤਾਂ ਛੱਤੀ ਦਾ ਟੰਗੀ ਦਾ ਛੱਤ ਦੇ ਨਾਲ ਉਹ ਯਾਰ ਉਹ ਪੱਖਾ ਪੱਖਾ ਲਾਉਣਾ ਕਿਹੜੀ ਕੋ ਔਖੀ ਗੱਲ ਆ ਇਧਰ ਕੰਦ ਹੋਈ ਹੋਵੇ ਇਧਰ ਹੋਈ ਹੋਵੇ ਵਿਚਕਾਰ ਰੱਸੀ ਵੱਲੋਂ ਪੱਖਾ ਲੱਗ ਜਾਂਦਾ ਉੱਥੇ ਜ਼ਰੂਰੀ ਆ ਕਿ ਟੀਆਰ ਗਾਡਰ ਹੀ ਚਾਹੀਦੇ ਆ ਓ ਮੈਨੂੰ ਕੰਮ ਨਹੀਂ ਆਦਾ ਸਾਹਿਬ ਮੈਨੂੰ ਕੰਮ ਆਉਂਦਾ ਮੈਨੂੰ ਪਤਾ ਕੱਥੇ ਲੱਗਦਾ ਦੁਰ ਫਟਾ ਬੋ ਪੁੱਠਾ ਦਿਮਾਗ ਦਾ ਕਹ ਰਿਹਾ ਸੋਚ ਖਾਇਆ ਕਾ ਆ ਫੋਨ ਦੇ ਨਾ ਜਾਜ ਰੋ ਜਰਾ ਆ ਕਰੋ ਜੀ ਗੱਲ ਪਤਾ ਨਹੀਂ ਕਿਹੜਾ ਮਿਸਤਰੀ ਲਈ ਫਿਰਦੇ ਤੁਸੀਂ ਚਾਚਾ ਬਿਸ਼ਾਰਾ ਤਾ ਦੇਖੋ ਪਰੇ ਹੋ ਏਡਾ ਚਾਚਾ ਬਿਸ਼ਾਰਾ ਮਿਸਤਰੀ ਫਰਜ਼ੰਦ ਉਹ ਸਾਡੇ ਬਜ਼ੁਰਗ ਆ ਤੇ ਉਹਨਾਂ ਨੇ ਸਾਰੀ ਜ਼ਿੰਦਗੀ ਜਿਹੜਾ ਆ ਉਹ ਸਾਡੇ ਘਰ 'ਚ ਕੰਮ ਕੀਤਾ ਤੇ ਸਾਨੂੰ ਇਸ ਗੱਲ ਦਾ ਪਤਾ ਆ ਮੈਨੂੰ ਪਤਾ ਆ ਕਿ ਕਿੱਡਾ ਵੱਡਾ ਮਿਸਤਰੀ ਆ ਉਹ ਆਹੜਾ ਬੋਏ ਕੱਢ ਕੇ ਬਾਹਰ ਮਾਰੇ ਤੈਨੂੰ ਕੱਢ ਕੇ ਬਾਹਰ ਮਾਰੇ ਓ ਅੱਲਾਹ ਦੀ ਰਹਿਮਤ ਨਹੀਂ ਕੰਮ ਕਰਕੇ ਵਾਹਿਆ ਸਾਨੂੰ ਕਿਨੇ ਇੱਕ ਬਾਹਰ ਕੱਢ ਕੇ ਮਾਰਨਾ ਓ ਬੇਟਾ ਤੂੰ ਕੰਮ ਕਰਕੇ ਨਹੀਂ ਦਿਖਾਏ ਤੂੰ ਬਤਾ ਕਹਿੰਦਾ ਹੁੰਦਾ ਲਾ ਕੇ ਬੰਦਾ ਕੰਮ ਤਾਂ ਖਾ ਗਿਆ ਤੋ ਉਹ ਕਦਾ ਕੰਮ ਤਾਂ ਖਾਉਣ ਵਾਲਾ ਲੱਗਦਾ ਮੈਨੂੰ ਦਰ ਫੜਦਾ ਮੂੰ ਟਾਇਰ ਗਾਰਡ ਥੱਲੇ ਪੈ ਜਾਂਦਾ ਲੰਦਾ ਸ ਚਾਚਾ ਬਿਸ਼ਾਰਤ ਹਾਂ ਹੁਣ ਤੁਸੀਂ ਇੱਕ ਮੈਨੂੰ ਗੱਲ ਦੱਸੋ ਸਿਆਣੇ ਬੰਦੇ ਆ ਤੁਸੀਂ ਆ ਜਿਹੜੇ ਬੂਏ ਹੁੰਦੇ ਆ ਆ ਬੂਏ ਕਿੱਥੇ ਲੱਗਦੇ ਹੁੰਦੇ ਆ ਬੂਏ ਕਿਤੇ ਗੰਦ ਦੇ ਵਿੱਚ ਥੱਲੇ ਲੱਗਦੇ 5-6 ਫੁੱਟ ਦੇ ਉੱਤੇ ਬੂਆ ਹੁੰਦਾ ਹੋਰ ਕਿੱਥੇ ਹੁੰਦਾ ਠੀਕ ਹੈ ਜੀ ਮਤਲਬ ਕਿਸੇ ਨੇ 6 ਫੁੱਟ ਤੇ ਰਖਾ ਲਿਆ ਕਿਸੇ ਨੇ 6.5 ਫੁੱਟ ਤੇ ਕਿਸੇ ਨੇ 7 ਫੁੱਟ ਤੇ ਐਦਾਂ ਹੀ ਆ ਐਦਾਂ ਹੀ ਆ ਐਦਾਂ ਇਹ ਕਹਿੰਦਾ ਜੀ ਮੈਂ ਛੱਤਾਂ 'ਚ ਜਿਹੜੇ ਆ ਨਾ ਉਹ ਬੂਏ ਰੱਖਣੇ ਇਕੱਠਾ ਕਦਾ ਲਾੜਾ ਛੱਤ 'ਚ ਬੂਏ ਛੱਤ 'ਤੇ ਲਾੜਾ ਹਾਂਜੀ ਅਨੋ ਦਾ ਬਣਾ ਦੋ ਟੈਲੀਫੋਨ ਆ ਫਰਦਾਨਾ ਸਾਹਿਬ ਗੱਲ ਕਰੋ ਜਰਾ ਅਧੇ ਹੋ ਜਾਓ ਹਲੋ ਓਏ ਉਹ ਘਟ ਰਿਆ ਫਟਾ ਮੋਆ ਧੰਤੀ ਇਹ ਲੋ ਬਤਾ ਐ ਐ ਵਾ ਕੀ ਕਰਨਾ ਤੂੰ ਜਾ ਐ ਬੂਆ ਕਥਲਣਾ ਤੂੰ ਐ ਦਰਵਾਜੇ ਹਮੇਸ਼ਾ ਜਿੰਨੂ ਮਰਜੀ ਪੁੱਛ ਲੋ ਛੱਤਾਂ ਦੇ ਲੱਗਦੇ ਆ ਛੱਤ ਦੇ ਲੋੜੇ ਦਰਵਾਜੇ ਮੈਨੂੰ ਇਹ ਦੱਸ ਛੱਤਾ ਤੇ ਕਿਉਂ ਲੌੜਿਆ ਬਈ ਹਵਾਈ ਜਿਦਾ ਨੇ ਆਉਣਾ ਹੋਂ ਤਾਂ ਬੂਏ ਥਾੜੇ ਇਹ ਤਾਂ ਇਹ ਤਾਂ ਹੁੰਦਾ ਕੋ ਪਰੌਣੇ ਤੇ ਆਉਣ ਲਈ ਆਪਣੇ ਆਉਣ ਲਈ ਇਹ ਤਾਂ ਥੱਲੇ ਪੁੱਜ ਭੁੰਜੇ ਜ਼ਮੀਨਾਂ ਲਾਈਦੇ ਆ ਉਹ ਰਾਣਾ ਜਿੱਡਾ ਵੱਡਾ ਆਦਮੀ ਆ ਉਹਦੇ ਪਰੌਣੇ ਹੈਲੀਕਾਪਟਰ ਤੇ ਵੀ ਆ ਸਕਦੇ ਉੱਤੇ ਬੂਆ ਹੋਏਗਾ ਤੇ ਕੋਈ ਅੰਦਰ ਜਾਏਗਾ ਉਹ ਤੇਰੇ ਛੱਕਾ ਦਾ ਲਾਲਤ ਓਏ ਮੈਨੂੰ ਕੰਮ ਦਿਖਾਉਂਦੇ ਆ ਦਰ ਫਟਾ ਮੂਤੇ ਬੂਆ ਲੌੜਾ ਕੋ ਬੰਦਾ ਉੱਤੇ ਬਾੱਕ ਕਰਦਾ ਹੋਵੇ ਮੁੜ ਕੇ ਭੁੰਜੜੇ ਕੋ ਬੋਏ ਯਾਰ ਦਾ ਇਹ ਕਿਹੜੀ ਗੱਲ ਹੋਈ ਹਾਂ ਰਾਤ ਨੂੰ ਸੋਤੇ ਪਏ ਹੋਇਆ ਮੱਜੀ ਸਮੇਤ ਬੰਦੇ ਦਾ ਪਟਾਕਾ ਥੱਲੇ ਪਾ ਜਵੇ ਉੱਤੇ ਬੂਆ ਦੀ ਕਾਕਾ ਲਾਉਣੇ ਬੂਆ ਥੱਲੇ ਲਾ ਸਮਝ ਆਇਆ ਐਸੇ ਗੱਲੇ ਹੀ ਤੇ ਲਾਉਣਾ ਹੈ ਜੀ ਉੱਤੇ ਦਰਵਾਜ਼ੇ ਕਿ ਕੋਈ ਬੰਦਾ ਥੱਲੇ ਨਾ ਡੇ ਪਵੇ ਦਰਵਾਜ਼ਾ ਲੱਗਾ ਹੋਏਗਾ ਕਿਸ ਤਰ੍ਹਾਂ ਕਿਸੇ ਨੇ ਡਿੱਗਣਾ ਉਹ ਖੋਤਾ ਦੇ ਆ ਪੁੱਤਰਾ ਬੂਆ ਖੋਲ ਕੇ ਵੇਖੀਦਾ ਹੁੰਦਾ ਬਾਹਰ ਕੌਣ ਆਇਆ ਬਗਦੇ ਕਦੀ ਹੁੰਦਾ ਨਾ ਬੋਦਾ ਬਾਹਰ ਜਾਂਦਾ ਬੂਆ ਖੋਲ ਕੇ ਵੀ ਬਾਹਰ ਵੇਖ ਕੌਣ ਆਇਆ ਅਸੀਂ ਇਹ ਬੂਆ ਛੱਤ ਤੇ ਲਾ ਕੇ ਕੀ ਅਸੀਂ ਸਿਰਫ ਸੂਰਜ ਵਾਸਤੇ ਖੋਲਣਾ ਕੋਈ ਵੀ ਸੂਰਜ ਚੜਿਆ ਕੜੀ ਚੜਿਆ ਦਰ ਫਟਾ ਨੂੰ ਹੋਵੇ ਤੇਰਾ ਉਹ ਭਾਈ ਸਾਡੇ ਦੇ ਦਰ ਫਟੇ ਨੂੰ ਨਾ ਕਰ ਅਸੀਂ ਆਪਣੇ ਕੰਮ ਦੇ ਨਾਲ ਅੱਲਾਹ ਦੀ ਰਹਿਮਤ ਨਾਲ ਅਸੀਂ ਕੰਮ ਆਪਣਾ ਜਿਹੜਾ ਨਾ ਸਹੀ ਕਰੀਦਾ ਅਸੀਂ ਆਪਣੇ ਕੰਮ 'ਚ ਬੇਈਮਾਨੀ ਨਹੀਂ ਕਦੀ ਕੀਤੀ ਉਹ ਦਰਵਾਜ਼ੇ ਬੰਦਦੇ ਉੱਤੇ ਤੇ ਉੱਤੇ ਹੀ ਲਾਉਨੇ ਆ ਮੈਂ ਔਰ ਓਏ ਮੈਨੂੰ ਇੱਕ ਗੱਲ ਦੱਸ ਇਹ ਬੂਆ ਇਹ ਮੈਨੂੰ ਇਹ ਦੱਸ ਕੋ ਬਾਹਰ ਆ ਗਿਆ ਤਾਂ ਖੋਲਣਾ ਕਿਵੇਂ ਆ ਅੱਬ ਬੰਦਾ ਥੱਲੇ ਬੈਰ ਲਵਾਵੇ ਥੱਲੇ ਨੂੰ ਕਵੇ ਕਿ ਯਾਰ ਬਾਹਰ ਦੇ ਦਰਵਾਜ਼ਾ ਖੋਲ ਹੈ ਉੱਤੇ ਰਸੀ ਪਾਵੇ ਆ ਫਿਲਮਾਂ 'ਚ ਨਹੀਂ ਉਤਰਦੇ ਫੌਜੀ ਦੇ ਸੀਗੇ ਨੇ ਥਾਣੀ ਓ ਫਟੇ ਮੂੰਹ ਆ ਗੱਲ ਸੁਣੋ ਮੇਰੀ ਗੱਲ ਸੁਣੋ ਕੱਲਾ ਕੰਮ ਲੈ ਆ ਭਾਈ ਤੂੰ ਛੱਦ ਤੇ ਬੂਆ ਲਾ ਦਊਗਾ ਹਾਂ ਤੇ ਇਹ ਕੀ ਫਾਇਦਾ ਕੋਈ ਆ ਜ਼ਿੰਦਗੀ ਸਾਰੀ ਚ ਕੋਈ ਬੰਦਾ ਘਰ ਦੇ ਵਿੱਚ ਕਦਮ ਹੀ ਨਾ ਰੱਖ ਸਕੂਗਾ ਔਰ ਜਿਹਨੇ ਕਦਮ ਰੱਖ ਖੜਾ ਵਾ ਉਹਨੇ ਉਹਦਾ ਪਟਾਕਾ ਹੀ ਪਾਇਆ ਜਾਣਾ ਤੇ ਉਹ ਰਾਣਾ ਵੱਡਾ ਬੰਦਾ ਇਹਦੇ ਇਹਦੇ ਤਲਕ ਵਾਸਤੇ ਵੀ ਵੱਡੇ ਆ ਅਗਲੇ ਜਾਇਆ ਤੇ ਆਉਣਗੇ ਉਹ ਰਾਣਾ ਜਿੰਨ ਤਾਂ ਨਹੀਂ ਗਿਆ ਯਾਰ ਜਿਹੜਾ ਉੱਤੋਂ ਧੜੀ ਆਉਣਾ ਮੇਰੇ ਮੈਨੂੰ ਫੜਾ ਫੋਨ ਆ ਇਹਨੂੰ ਜਾਜੂ ਤੇ ਫੋਨ ਕਰ ਹਲੋ ਜੀ ਕਰੋ ਗੱਲ ਓਏ ਕਾਕਾ ਇਹ ਤੂੰ ਕੱਢ ਕੇ ਬਾਰ-ਬਾਰ ਕਾਰੀਗਰ ਕੋਲੇ ਮੈਨੂੰ ਲੱਗਦਾ ਕੋ ਦਮਾ ਪਾਗਲਾ ਦਿਮਾਗ ਦਾ ਇਹਨੂੰ ਕੱਢ ਕੇ ਤਾਂ ਬਾਕੀ ਆ ਮੈਨੂੰ ਦੱਸਦਾ ਯਾਰ ਘਰ ਬਣਾਉਣਾ ਤਾਂ ਚੱਤ ਬਿਸ਼ਰਾ ਤੇਰਾ ਯਾਰ ਨੰਬਰ ਹੀ ਪੰਚ ਚੱਤ ਬਿਸ਼ਰਾ ਤੇ ਗੱਲ ਦੱਸ ਆ ਸਾਰੀ ਜ਼ਿੰਦਗੀ ਜਿਹੜੀਆਂ ਆ ਪਟੂ ਪਲੇਟਾਂ ਬਲਬ ਆ ਉਹ ਕਿੱਥੇ ਲਾਈਦੇ ਉਹ ਆਪਾਂ ਜਾਂ ਛੱਤਾਂ 'ਤੇ ਲਾਈਦੇ ਜਾਂ ਕੰਧਾਂ 'ਤੇ ਲਾਈਦੇ ਐਦਾਂ ਹੀ ਐਦਾਂ ਹੀ ਮਤਲਬ ਕਿ ਛੱਤਾਂ 'ਚ ਵੀ ਨਿਸ਼ਾਨ ਰੱਖ ਲਈਦੇ ਆ ਤਾਂ ਜੇ ਵੀ ਅਸੀਂ ਪੁਆਇੰਟ ਰੱਖ ਲਈਦੇ ਜਾਂ ਤਾਂ ਕੰਧਾਂ 'ਚ ਵੀ ਰੱਖ ਲਈਦੇ ਐਦਾਂ ਹੀ ਹੋਇਆ ਐਦਾਂ ਹੀ ਇਹ ਕਹਿੰਦਾ ਜੀ ਬਲਬ ਜਿੰਨੇ ਆ ਨਾ ਤੇ ਫਰਸ਼ 'ਤੇ ਲੱਗ ਕਥੇ ਕਥਾ 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 ਲਾ ਪਰੱਚ ਟੂ ਪਲੇਟਾ ਮੇ ਫਰਸ਼ ਚ ਹਾਂ ਤੇ ਬਲਬ ਵੀ ਫਰਸ਼ ਯਾਰ ਇੱਕ ਬਲਾ ਬਜੜਿਆ ਉਹ ਫਰਸ਼ ਲਾਉਣਾ ਹਾਂ ਇਹਨੂੰ ਟਾਲੀ ਪੁੰਦਾ ਮਾ ਨਜ਼ਰ ਆ ਦੇ ਨਜ਼ਰ ਆ ਆ ਪ੍ਰਧਾਨ ਸਾਹਿਬ ਗੱਲ ਕਰੋ ਹਲੋ ਵਾ ਓਏ ਕੀ ਹੁੰਦਾ ਮੂੰਹ ਆ ਮੇਰੇ ਨਾਲ ਸੋਣਾ ਕੀ ਕਰਨਾ ਤੂੰ ਬਲਬਾਂ ਦੇ ਪੁਆਇੰਟ ਕਿੱਥੇ ਲਾਉਣੇ ਲਾਈਟਾਂ ਦੇ ਲਾਈਟਾਂ ਦੇ ਪੁਆਇੰਟ ਹਮੇਸ਼ਾ ਫਰਸ਼ 'ਚ ਹੁੰਦੇ ਆ ਤੇ ਮੈਂ ਫਰਸ਼ 'ਚ ਹੀ ਉਹਨਾਂ ਦੇ ਸਾਰਿਆਂ ਦੇ ਕਨੈਕਸ਼ਨ ਦਿੱਤੇ ਆ ਮੈਂ ਮਾਰ ਕੇ ਨਾ ਗੱਲ ਤੇਰੇ ਸਿਰ ਚ ਬਲਬ ਤੇਰਾ ਬੂਤਰੀ ਬਾਜੀ ਪਾਣੀ ਮੈਨੂੰ ਇੱਕ ਗੱਲ ਦੱਸ ਇਹ ਥੱਲੇ ਕਿਉਂ ਲਾਉਣੇ ਬਬ ਇਹ ਇਨਾਂ ਦੇ ਘਰ ਦੇੰਦੇ ਕੀ 24 ਘੰਟੇ ਪਾਹ ਗਵਾਚ ਰਹੇ ਨੇ ਵੀ ਜਿਹੜੇ ਇਹਨਾਂ ਨੇ ਥੱਲੇ ਲੱਭਦੇ ਰਹਿਣ ਹਾਂ ਕਿਹੜੀ ਗੱਲ ਥੱਲੇ ਲਾਉਣੇ ਆ ਇਹਨਾਂ ਨੇ ਆਪਣੀਆਂ ਜੁੱਤੀਆਂ ਵੇਖਣੀਆਂ ਕਿੰਨੀਆਂ ਕੱਸੀਆਂ ਔਰ ਤੋਬਕਾ ਮਰ ਰਹੇ ਆ ਜਾ ਜਾ ਯਾਰਾ ਜਾਣਦਾ ਯਾਰ ਬਹੁਤ ਕੰਦਾ ਦੇ ਵਿੱਚ ਬਲਬਲਾ ਓ ਭਾਈ ਕੰਦਾ ਜੇ ਅਸੀਂ ساری ਜ਼ਿੰਦਗੀ ਨਹੀਂ ਲਾਇਆ ਨਾ ਕਦੀ ਕਿਸੇ ਨੇ ਸਾਡੇ ਕੋਲ ਲਵਾਏ ਆ ਅਸੀਂ ਤੇ ਹਮੇਸ਼ਾ ਫਰਜ ਚ ਬਲਬ ਲਾਏ ਆ ਤੂੰ ਫਰਜ ਹੀ ਤੇ ਬੇਚ ਬਲਬ ਕਾਦੇ ਲਈ ਲਾਉਣੇ ਆ ਬ ਇਹ ਤਲਾਬ ਆ ਮਾ ਮਾਰ ਕੇ ਤੇ ਤੇਰਾ ਬੋ ਕੋ ਕਾੜੀ ਤਰ੍ਹਾਂ ਸਦਾ ਕਰ ਦੂੰਗਾ ਮੂੰ ਬੂਥਾ ਮੈਂ ਇਹ ਬੂਥਾ ਜਾ ਰੋ ਆ ਫੜੋ ਜੀ ਫੋਨ ਤੁਸੀਂ ਗੱਲ ਕਰੋ ਜੀ ਪਾਗਲ ਮਿਸਤਰੀ ਆ ਕੋਈ ਇਹ ਤੁਸੀਂ ਤਾਂ ਇਹ ਕਹਤਾ ਜਮ ਮੈਂ ਉਹਦਾ ਅੱਬਾ ਜੀ ਤੁਸੀਂ ਅਣ ਬੂ ਆ ਜਾਓ ਹਾਂਜੀ ਓਏ ਤੂੰ ਕੱਟ ਕੇ ਬਾਹਰ ਵਾਰਾ ਨੂੰ ਧੱਕਾ ਮਾਰ ਰਿਹਾ ਕਰ ਬਈ ਨਾ ਦਈ ਦੇ ਮੈਂ ਤੈਨੂੰ ਦੱਸਦਾ ਮੇਰੇ ਹੋਂਦਿਆ ਤੂੰ ਕਾਦੀ ਟੈਨਸ਼ਨ ਆ ਵੀ ਮਰ ਨਾਲ ਟਾਲੀ ਫੋਨ ਨਹੀਂ ਮਿਲਦਾ ਤੂੰ ਦੋ ਦਰ ਬੇਟਾ ਕਰ ਲੈ ਯਾਰ ਬਸ ਚਾਚਾ ਬਿਸ਼ਾਰਤ ਉਹ ਨਹੀਂ ਨਾ ਬਸ ਉਹ ਕਾਲੀ ਸੀਗੀ ਜਰਾ ਮੈਂ ਕਿਹਾ ਹੁਣ ਸਵਾ ਮਰਲਾ ਆ ਜਲਦੀ ਜਲਦੀ ਇੱਥੇ ਸਾਲ ਤੇ ਤਿੰਨ ਚਾਰ ਸਾਲ ਲੱਗ ਜਾਣੇ ਆ ਓਏ ਓਹ ਇਨਸਾਨ ਵਾਲੀਆਂ ਸ਼ਾਮਾ ਨਹੀਂ ਲਾਉਂਦੇ ਉਹ ਉਹਨੇ ਸਮਝਿਆ ਹੋਇਆ ਇਸ ਘਰ ਦੇ ਖਰੇ ਖਲਾਈ ਮਖਲੂਕਾ ਰਹਿਣਾ ਨਾ ਹਾਂ ਬੰਦੇ ਉਤੋਂ ਥਾਣੀ ਛੱਡੀ ਜਾਂਦਾ ਬੂਹਾ ਓਏ ਟੀਅਰ ਗਾਰਡਰ ਥੱਲੇ ਪਾਈ ਜਾਂਦੇ ਆ ਲਾ ਦੱਸ ਚਾਚਾ ਬਿਸ਼ਾਰਤ 100 ਬੋਰੀ ਸੀਮੈਂਟ ਦੀ ਲਿਆਂਦੀ ਮੈਂ ਆ ਚੱਕਾ ਕੀਤਾ ਲੱਗ ਜਾਣੀਆਂ ਪੁੱਤ ਆ ਨਾ ਇਹ ਕੋਈ ਨਹੀਂ 90 ਬੋਰੀਆਂ ਹੋਈਆਂ ਤੇ ਬਥੇਰਾ ਕੰਮ ਨੇ ਪੜ ਜਾਣਾ ਤੇਰਾ ਮੈਂ ਕਿਹਾ ਅੰਦਰ ਸਾਰਾ ਸੋਨਾ ਜਾਂ ਪਲਸਟਰ ਕਰ ਦਿਓ ਆ ਤਾਂ ਕਰਦੇ ਫਰਚਾ ਫੁਰਚਾ ਤਾਂ ਵੀ ਭਾਣਾ ਇੱਧਰ ਉੱਤਰ ਸਾਰੇ ਲੱਗ ਜਾਣਾ ਮੈਂ ਗਿਆ ਕਰਾਚੀ ਅੱਛਾ ਜਿੱਲੇ ਮੈਂ ਵਾਪਸ ਆਇਆ ਨਾ ਹਫਤੇ ਬਾਅਦ ਆਹ ਜਿੱਲੇ ਮੈਂ ਘਰ ਦੇ ਵਿੱਚ ਵੜਿਆ ਤਾਂ ਕੋਈ ਪਲਸਟਰ ਨਹੀਂ ਹੋਇਆ ਅੱਛਾ ਤੇ ਕਹਿੰਦੇ ਜੀ ਸੀਮਿੰਟ ਹੋਰ ਮੰਗਾ ਦਿਓ ਮੈਂ ਕਿਹਾ 100 ਬੋਰੀ ਕਿੱਥੇ ਗਈ ਆਹ ਕਿਹਾ ਮੈਂ ਸਾਰੀ ਫਰੰਟ ਤੇ ਲਾਤੀ ਨਾ ਬਾਹਰੋਂ ਅੰਦਰ ਦੀ ਖੈਰ ਆ ਬਾਹਰ ਸੋਨਾ ਲੱਗਣਾ ਚਾਹੀਦਾ ਕਿੱਸੇ ਲਾਤੀ 100 ਬੋਰੀ ਬਾਹਰ ਫਰੰਟ ਤੇ ਐਲੀਵੇਸ਼ਨ ਤੇ ਮੱਥੇ ਦਾ ਮੱਥੇ ਤੇ 100 ਬੋਰੀ ਉਥੇ ਲਾਤੀ ਉਥੇ ਲਾਤੀ ਕਹਿੰਦਾ ਅੰਦਰ ਦੀ ਖੈਰ ਆ ਗਲੀ ਚ ਲੰਘਣ ਵਾਲਾ ਬੰਦਾ ਤਾਂ ਕਵੇ ਕਿਡਾ ਸੋਨਾ ਪਲਸਟਰ ਹੋਇਆ ਮੱਥੇ ਦੇ ਉੱਤੇ 100 ਬੋਰੀ ਮਕਾਤੀ ਸੀ ਮਗਰ ਹਾਂਜੀ ਅਨੂੰ ਦਬਾ ਦੇ ਨਾ ਟੈਲੀਫੋਨ ਕਰ ਆ ਗੱਲ ਕਰ ਫਿਰਦਾ ਹਾਂ ਹੈਲੋ ਓਏ ਓ ਡੋਗਾ ਮੂ ਕਾਲਾ ਥੋੜਾ ਅਬ ਇਹ ਕੀ ਕਹ ਤੋ ਜਾਜਰੋ 100 ਬੋਰੀ ਕਿਥੇ ਲਾਈ ਸਾਡੀ ਉਹ ਸੇਵਣ ਦੀ ਅਸੀਂ ਅੱਲਾ ਦੀ ਰਹਿਮਤ ਨਾਲ ਪੂਰੇ ਜਿੰਨੇ ਵੀ ਮੱਥੇ ਬਣਾਏ ਆ 313 ਪੋਰੀਆਂ ਵੀ ਲੱਗਦੀਆਂ 113 ਬੋਰੀਆਂ ਲੱਗਦੀਆਂ ਲੇਕਿਨ ਅਸੀਂ ਰਾਣਾ ਸਾਹਿਬ ਦਾ ਹਯਾ ਕੀਤਾ 100 ਬੋਰੀ ਲਾਈ ਆ 13 ਦੀ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਖੈਰ ਆ ਕਿ ਰਾਣਾ ਸਾਹਿਬ ਆਪਣੇ ਬੰਦੇ ਆ ਓਏ 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 10 ਬੋਰੀਆਂ ਨਾਲ ਖੁੱਲਾ ਢੁੱਲਾ ਮੱਥਾ ਸੋਹਣਾ ਬੱਜਦਾ ਬਾ ਤੇਰਾ ਮੱਥਾ ਪਾੜ ਦੇਣਾ ਤੇਰਾ ਮਾ ਏ ਦਸ ਪਹਿਲ ਉਹ ਦਸ ਸੌ ਬੌਰੀ ਤੂੰ ਮੱਥੇ ਤੇ ਲਾਤੇ ਮਕਾਨ ਤੇ ਇਹ ਜਾਇਜ਼ ਦਾ ਘਰ ਕੀ ਇਹ ਬਾਟਰ ਤੇ ਆ ਜਿਹੜਾ 24 ਘੰਟੇ ਬੰਬ ਦੇ ਗੋਲੇ ਵੱਜਦੇ ਆ ਤੇ ਨਾਲ ਇਹ ਮਕਾਨ ਟੈਂ ਦਾ ਖਤਰਾ ਆ ਓਏ ਓਏ ਅੱਲਾ ਨੇ ਉਹਨਾਂ ਨੂੰ ਇੱਜ਼ਤ ਮਕਾਮ ਦਿੱਤੇ ਆ ਵੱਡੇ ਬੰਦੇ ਆ ਉਹਨਾਂ ਦਾ ਸਾਰਾ ਕੁਝ ਵੱਡਾ ਮਿਲਣ ਵਰਤਣਾ ਕੋਈ ਵਿੱਚ ਸੌ ਸੱਜਣ ਦੋ ਦੁਸ਼ਮਣ ਹੁੰਦਾ ਉਹ ਮੱਥਾ ਪੱਕਾ ਹੋਏਗਾ ਤੇ ਕੋਈ ਵੱਜੇਗਾ ਤੇ ਵਾਪਸ ਹੋ ਜਾਏਗਾ ਤੇ ਖੋਤਾ ਤੇ ਆ ਪੁੱਤਰਾ ਤੇ ਅੰਦਰ ਵੀ ਕਿਤੇ ਸੀਮੈਂਟ ਲਾ ਅੰਦਰ ਕੀ ਖੀਰ ਦਾ ਪਲਸਟਰ ਕਰਨਾ ਬਾ ਆਹ ਬੋਰੀ ਤੋਂ ਮੱਥੇ ਤੇ ਲਾਤੀ ਯਾਰ ਉਹ ਬੰਦਾ ਪਾਟਾ ਮਕਾ ਲਦਾ ਅੰਦਰ ਕਣ ਲਾਂਦਾ ਸੀਮੈਂਟ ਓਏ ਅੰਦਰ ਤੇ ਆਪ ਰਹਿਣਾ ਹੁੰਦਾ ਗੱਲ ਤੇ ਹੁੰਦੀ ਆ ਸਾਰੀ ਬਾਹਰ ਦੀ ਕਿ ਕੋਈ ਸ਼ਰੀਕੇ ਗੱਲ ਨਾ ਕਰ ਸਕੇ ਓਏ ਜਾਲੀ ਓਏ ਜਾਲੀ ਬਸਤਰੀ ਮਾਤਾ ਇਥੇ ਆ ਗਿਆ ਲਾ ਬਬ ਤੇ ਫਿਰ ਮੈਂ ਵਾਪਸ ਵੀ ਚੱਲ ਜਾਣਾ ਘਰ ਮੈਂ ਤਨ ਦਸਾ ਤੇ ਤਾਂ ਵਿਚਾਰਤ ਕਹੀ ਜਾਂਦੇ ਆ ਅੰਦਰ ਕੌਣ ਪਲਸਟਰ ਕਰਾਂਦਾ ਹੁੰਦਾ ਅੰਦਰ ਹੁੰਦਾ ਹੀ ਨਹੀਂ ਭਾਜੀ ਪਲਸਟਰ ਅੰਦਰ ਪਲੇਸਰ ਹੋਣਾ ਨਹੀਂ ਅਸੀਂ ਜਿੰਨੇ ਵੀ ਕਾਰ ਕੀਤੇ ਆ ਅੱਲਾ ਹੀ ਰਬ ਨੇ ਅੰਦਰ ਕਿਸੇ ਨੂੰ ਪਲੇਸਰ ਕਰਾਇਆ ਹੀ ਨਹੀਂ ਔਰ ਕਿਹਾ ਮੱਥਾ ਸਹੀ ਹੋਣਾ ਚਾਹੀਦਾ ਓਏ ਅੰਦਰ ਕੀ ਆਲੂ ਬਟਰ ਪਕਾ ਕੇ ਉਹਦਾ ਸ਼ੋਰਬਾ ਮਾਰੀਦਾ ਕੰਦਾ ਤੇ ਅਖੈ ਲੱਲਾ ਦੱਸ ਇਹਨੂੰ ਜਾਣੋ ਤੇ ਫੋਟ ਜਰਾ ਖੋਤਾਗਾ ਪਤਾ ਨਹੀਂ ਕਿਹੜੇ ਅੰਦਰ ਲਾਉਂਦੇ ਆ ਜੀ ਸੀਮੈਂਟ ਆ ਕਰੋ ਹੀ ਗੱਲ ਮੈਂ ਤਾਂ ਰੇ ਅੰਦਰ ਮਾਰਦਾ ਨਹੀਂ ਕੋਈ ਸ਼ਾ ਅੰਦਰ ਅੰਦਰ ਲਾਈ ਏ ਤੇ ਤੁਹ ਕਿਸਾਰ ਤੇ ਮੈਂ ਪਤਾ ਕਰ ਗਿਆ ਦਫਾ ਫਸ ਗਿਆ ਯਾਰ ਚਲੀ ਜਾ ਬੰਦਾ ਯਾਰ ਤੇ ਬਿਸ਼ਰਤ ਮੈਂ ਇਸ ਬੰਦੇ ਨੂੰ ਕਰ ਦੇਣਾ ਹੁਣ ਫਾਰਗ ਕਰਦਾ ਕਰਦਾ ਮੈਂ ਧੱਕਾ ਦੇ ਦੂ ਬਾਹਰ ਕਰਦਾ ਸਟ ਮੈਂ ਇਸ ਬੰਦੇ ਨੂੰ ਇਥੇ ਮੈਂ ਚਾਹਨਾ ਹੈ ਮੇਰੇ ਮਕਾਨ ਦੇ ਵਿੱਚ ਨਜ਼ਰ ਵੀ ਨਾ ਆਵੇ ਮਾ ਤੇਰੇ ਇਲਾਕੇ ਚ ਨਜ਼ਰ ਆਵੇ ਮੇਰੇ ਇਲਾਕੇ ਚ ਫੈਸਲਾਬਾਦ ਪੂਰੇ ਚ ਨਜ਼ਰ ਆਵੇ ਹਾਂ ਪਤਾ ਦਫਾ ਕਰ ਇਹ ਪੈਸਾ ਵੀ ਜਾਇਆ ਕਰਾਉਂਦੇ ਆ ਯਾਰ ਇਹਨੇ ਤਾਂ ਮੇਰੀ ਸਾਰੀ ਰਕਮਾਂ ਸਾਇਆ ਕਰਾਤੀਆਂ ਨੇ ਆ ਮੇ ਕੋ ਪਾਲਕ ਪਾਗਲ ਬੰਦਾ ਯਾਰ ਇਹਨੂੰ ਦਫਾ ਕਰ ਫੌਰਨ ਕੱਢ ਦੇ ਇਹਨੂੰ ਫੌਰਨ ਫੌਰਨ ਮੈਂ ਤੇ ਮੇਰੀ ਗੱਲ ਸੁਣ ਲੈ ਫਰਜ਼ੰਦਾ ਕਾਂਡੀ ਤੇਸੀ ਇੱਥੇ ਹੀ ਸਿੱੜ ਦੇ ਜਿਹੜਾ ਮਸਾਲਾ ਬਣਿਆ ਉਹਨੂੰ ਖਰਾਬ ਹੋ ਲੈਣ ਦੇ ਪਰ ਤੂੰ ਮੈਨੂੰ 5 ਮਿੰਟ ਬਾਅਦ ਮੇਰੇ ਘਰ 'ਚ ਨਜ਼ਰ ਨਾ ਆਵੇਂ ਬਿਲਕੁਲ 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 ਨਾ ਜਾ ਜਬ ਬੁਸ਼ਾਰਤ ਆ ਗਿਆ ਤੈਨੂੰ ਬੁਛੇਤਰ ਮਾਰੂ ਬਸ ਗੱਲ ਖਤਮ ਚਾਚਾ ਬੁਸ਼ਾਰਤ ਮੇਰੀ ਗੱਲ ਸੁਣ ਲੈ ਆ ਪਤੋ ਗੱਲ ਇਹ ਆ ਕਿ ਜਿਹੜੇ ਮੈਂ ਇਹਨੂੰ ਦੰਦਾ ਸੀ ਨਾ 40 ਰੁਪਏ ਦਿਹਾੜੀ ਹਾਂ ਉਹ 40 ਰੁਪਏ ਦਿਹਾੜੀ ਹੁਣ ਮੈਂ ਚਾਚਾ ਬੁਸ਼ਾਰਤ ਦਿਆ ਕਰਨੀ ਤੈਨੂੰ ਨਹੀਂ ਨਹੀਂ ਕੰਨੇ ਕੰਨੇ ਤੇ ਅੜਦਾਣਾ 40 ਰੁਪਏ 40 ਰੁਪਏ ਬਸ ਤਾ ਬਿਛਾਰਾ ਸਵੇਰ ਤੋਂ ਤੂੰ ਆ ਜਾ ਤੇ ਇਹ ਆ ਕਿ 40 ਰੁਪਏ ਤੇਰੀ ਦਿਹਾੜੀ ਹੋ ਗਈ ਤੇ 10 ਰੁਪਏ ਸ਼ਾਮ ਨੂੰ ਜਾਂਦੇ ਆ ਖਰਚਾ ਤੇਰਾ 40 ਤੇ 10 50 ਹੋ ਹਾਂ ਨਹੀਂ ਨੋ ਤੇ ਆੜੀ ਤੋਂ 40 ਰੁਪਏ ਦਿੰਦਾ ਬਾ ਹਾਂਜੀ ਤੇ 10 ਰੁਪਏ ਜਾਂ ਲੱਗ ਕੇ 50 ਰੁਪਏ ਦਿੰਦਾ ਹਾਂਜੀ ਅਚਾ ਪਾਣਾ ਗੱਲਾ ਬਾਤ ਚ ਕਰਦੇ ਇਹਨੂੰ ਭੱਜ ਕੇ ਨਾ ਰੋਕਲਾ ਹਲਕਾ ਹੀ ਇਥੇ ਕਿਤਾ ਲੱਗ ਗਈ ਹੋਣਾ ਇਹਨੂੰ ਰੋਕਲਾ ਨੁਕਾ ਯਾਰੋ ਛੋਰੀ ਮਾ 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 ਰੋਕਲਾ ਰੋਕਲਾ ਰੋ ਬਬਾ ਹੌਟਾ ਕਰਦਾ ਮੈਂ ਰੋਕ ਇਹਨੂੰ ਚੱਲ ਬੰਦ ਬੋਤੇ ਨੂੰ ਦਾ ਧਾਲ ਕੇ ਹੋ ਯਾਰ ਕਰੇ ਬੰਦਾ ਨਾ ਏ ਬਬੂ ਇਸ ਤਰੀਕੇ ਕੋ ਕਦਾਈ ਵਾ ਅੱਗੇ ਸ਼ਾਟ ਹੋਏ ਯਾਰ ਕੰਮ ਤੇ ਕੰਮ ਚੜਿਆ ਬੰਦਾ ਨਹੀਂ ਲੱਭਦਾ ਭੱਜ ਘੋ ਬਰਾ ਕਾਰੀਕਰ ਬੰਦਾ ਜਿੱਤੇ ਤਰੀਕੇ ਨਾਲ ਤੇਰਾ ਮਕਾਨ ਬਣਾਉਂਦੇ ਆ ਥੋੜਾ ਜਿਹਾ ਇਸ਼ਾਰਾ ਤੇ ਆ ਕੇ ਸੁਬਾ ਤਾ ਹੋ ਨਾ ਹਾਂ ਤੇ ਬਸ ਚੁੱਪ ਕਰਕੇ ਅੱਲਾ ਦਾ ਨਾਮ ਲੈ ਕੇ ਤੂੰ ਆ ਜਾ ਨਹੀਂ ਮੈਂ ਹੁੜਾ ਇਹ ਬੇਖਵਾ ਜਾਂਦਾ ਕਹਿਣ ਨੂੰ ਇਹ ਜਾ ਕੇ ਵਿਖਾਵੇ ਆ ਭਲਾ ਓਏ ਫੜ ਜਾਂਦਾ ਅਕਤੈ ਮਰੀ ਬਾਜਾ ਸੁਣਦਾ ਕਿਤੇ ਲੱਗ ਗਈ ਜਾਂ ਤੇ ਅੱਲਾ ਖੈਰ ਕਰੇਗਾ ਅੱరే ਸਵੇਰ ਤੱਕ ਤੁਸੀਂ ਮਕਾਨ ਕੋ ਟੈਨਸ਼ਨ ਨਾ ਲਾ ਯਾਰ ਬੰਦਾ ਤੋਂ ਬੂਠੀ ਕਾ ਮੈਂਤੀ ਤਾਂ ਹੈਗਾ ਨਾ ਯਾਰ ਬੰਦਾ ਠੀਕ ਆ ਇਹ ਇਹੋ ਜਿਵੇਂ ਸਹੀ ਕਿਤੇ ਬਾਰ-ਬਾਰ ਲੱਭਦੇ ਨਹੀਂ ਨਹੀਂ ਚੱਤ ਬਿਸ਼ਾਰਤ ਤੂੰ ਇਦਾਂ ਕਰਨਾ ਤੇ ਚਾਰੇ ਮੁੰਡੇ ਕੰਮ ਕਰਦੇ ਨਾ ਇਹ ਹਾਰ ਮੇਰੇ ਹੱਥੋਂ ਸਿੱਖਿਆ ਯਾਰ ਫਿਰ ਬਸ ਠੀਕ ਆ 20-20 ਉਹਨਾਂ ਦੇ ਹੋ ਗਏ ਨਹੀਂ ਅਸੀਂ ਕੰਮ ਕਰ ਗਿਆ ਤੇਰਾ ਆ ਤੁਸੀਂ ਕੰਮ ਕਰਨਾ 20-20 ਰੁਪਏ ਤੇਰੇ ਚਾਰ ਮੁੰਡਿਆਂ ਦੇ ਹੋ ਗਏ 80 ਰੁਪਏ 40 ਰੁਪਏ ਹੋ ਗਏ ਤੇਰੇ 120 ਰੁਪਏ ਤੇ 10 ਰੁਪਏ ਖਰਚਾ 130 ਰੁਪਏ ਲੈ ਮੋਜਾਂ ਕਰਿਓ ਪਿੱਛੇ ਮੋਜਾਂ ਲੱਗ ਜਣੀਆਂ ਤੁਸੀਂ ਵੀ ਮਕਾਨ ਪਾ ਲਈਓ ਆਪਣੇ ਹਾਂ ਓ ਗੱਲ ਸਾਲਾ ਓਏ ਓ ਠੂਵੇਂ ਗੱਲ ਸੁਣ ਲਾ ਸਾਨੂੰ ਅੱਜ ਪੰਜਾਂ ਜਾਨਾਂ ਨੂੰ ਕਿੰਨੀ ਦਿਹਾੜੀ ਦੇਣੀ 120 ਰੁਪਏ ਦਿਹਾੜੀ ਤੇ 10 ਰੁਪਏ ਖਰਚਾ ਬੱਲੇ ਬੱਲੇ 130 ਰੁਪਏ ਹਾਂ ਇੱਕ ਸੌ ਦੀਰ ਭਈਆ ਨਾ ਮੈਂ ਪਾੜ ਪਾੜ ਕੇ ਵੀ ਦਮਾਣਾ ਤਾਂ ਫੇਰ ਦੋ ਜਾਨਾਂ ਦੇ ਹੱਥ ਖਾਲੀ ਰਾ ਜਾਂਦੇ ਖੋਤੜਿਆ ਪੁੱਤਰਾ ਕਾ ਕਲੋ ਹੱਥ ਮਾਰਿਆ ਵਸਿਆ ਕ ਮੌਜਾ ਕਰੀਗੇ ਤਾਂ ਕਾੜ ਬੜਾ ਆ ਤੇ ਪਤਾ ਨਹੀਂ ਬਾਬਾ ਮੈਂ 1000 ਰੁਪਏ ਤੇ ਦਿਹਾੜੀ ਲਈ ਤੇਰੇ ਬਈ ਨੂੰ ਬਲ ਰੋਕ ਬਲੇ ਉਹਨਾਂ ਦੌੜ ਜਾ ਬਈ ਯਾਰ ਇਹਨੂੰ ਰੋਕ ਲੈ ਨਹੀਂ ਉਹ ਚਲਾ ਗਿਆ ਚਲਾ ਕਿੱਥੇ ਚਲਾ ਗਿਆ ਯਾਰ ਇਹ ਲੈ ਬਈ ਇਹ ਵੀ ਬਾਬਾ ਮੈਂ ਇਹ ਨਹੀਂ ਜਾਂਦਾ ਦੇਖ ਲੈ ਚਾਚਾ ਬਿਛਾਰੇ ਤੇ ਇੱਕ ਦੌਰ ਸੀਗਾ ਓ ਯਾਰ ਗੱਲਾਂ ਨੂੰ ਛਾੜਿਆ ਮੈਂ ਤੈਨੂੰ 1000 ਰੁਪਏ ਦਿਹਾੜੀ ਵੀ ਦਿੰਦਾ ਸੀਗਾ ਹਾਂ ਲੇਕਿਨ ਦੇਖ ਲਓ ਮਹਿੰਗਾਈ ਦਾ ਦੌਰ ਹੈ ਜਿੱਦਾਂ ਜਿੱਦਾਂ ਮਹਿੰਗਾਈ ਵਧਦੀ ਆ ਉਦਾਂ-ਉਦਾਂ ਮਜ਼ਦੂਰੀ ਵੀ ਵਧਦੀ ਆ ਨਾ ਤੇ ਦੇਖ ਲਓ ਹੁਣ ਤੁਹਾਡੀ ਦਿਹਾੜੀ 40 ਰੁਪਏ ਹੋ ਗਈ ਅੱਛਾ ਯਾਨੀ ਪਹਿਲੇ 1000 ਰੁਪਏ ਤੋਂ ਮਲੇ ਮਜ਼ਦੂਰੀ ਦਿੱਤੇ ਸੀ ਹਾਂਜੀ ਹੁਣ ਦੁਨੀਆ ਅੱਗੇ ਨੂੰ ਵਧੀ ਆ ਆਸਤਾ ਦਾ ਕੰਮ ਆ ਤੇ ਆ ਤੂੰ 40 ਰੁਪਏ ਕਰ ਦਿੱਤੇ ਮਨੋ ਇਹ ਦਾਸ ਕਾਕਾ ਤੋਂ ਦੁਨੀਆਂ ਦੇ ਪਿਛੋ ਥਾੜੀ ਚੱਕਰ ਲਾਉਂਦੇ ਆ ਪਰ ਸਾਰੇ ਟੋਣੀਆਂ ਆ ਭਾਗ ਗਿਆ ਨੋ ਬਜਾਂਦੀ ਆ ਦੁੱਖ ਤੇ ਪਿੱਛਾ ਆ ਉਹ ਯਾਰ ਇਹਨੂੰ ਰੋਕ ਯਾਰ ਇਹਨੂੰ ਨਹੀਂ ਆਪਾਂ ਜਾਣਾ ਨਹੀਂ ਨਹੀਂ ਚਲਾ ਕੇ ਦਫਾ ਕਰਤਾ ਉਹਨੇ ਮੈਂ ਜਿਹੜਾ ਚਲਾ ਕੇ ਤੇ ਜਾਣਾ ਮੈਂ ਵੇਖ ਲਉ ਪਤਾ ਨਹੀਂ ਆਗਾ ਮੈਂ ਬੁੱਢਾ ਬੰਦਾ ਯਾਰ ਕੋਈ ਖਿਆਲ ਵੀ ਕਰੇ ਮੇਰਾ ਬੱਚਾ ਤਾਂ ਬਿਸ਼ਾਰਤ ਸਵੇਰੇ ਆ ਜਾ ਨਾਸ਼ਤਾ ਆਪਾਂ ਇਕੱਠੇ ਹੀ ਕਰ ਰਹੇ ਹਾਂ ਅੱਜ ਸਵੇਰੇ ਆਪਾਂ ਨਾਸ਼ਤਾ ਇਕੱਠਾ ਮੈਂ ਉਸ ਤੋਂ ਬਾਅਦ ਆਪਾਂ ਇਹਨੂੰ ਲੱਭਣਾ ਕਿ ਜਾਊਗਾ ਕਿੱਥੇ ਆਪਾਂ ਦੇਖਦਾ ਭਲਾ ਕਿੱਥੇ-ਕੱਥੇ ਚੱਲ ਜਾਊਗਾ ਇਹ ਕਹਿੰਦਾ ਕੱਦ ਤੇ ਆਇਆ ਸਾਈਕਲ ਤੇ ਸਿੱਗਾ ਭਜਾ ਕੇ ਲੈ ਗਿਆ ਸਾਈਕਲ ਭਜਾ ਕੇ ਆ ਗਿਆ ਤੱਕ ਕੋਈ ਗਾਲੀ ਆ ਬਾਬਾ 200 ਰੁਪਇਆ ਰਖਾ ਲਨ ਦੇਨੇ ਆ ਬੋ ਦੇਖੀ ਕਿਦਾਂ ਲੱਭਤਾ ਤੁਹਾਨੂੰ ਇਹਨਾਂ ਨੂੰ ਜਾ ਬਾ ਕਰਾ ਕਰਾ ਮੈਂ ਆ ਆ ਬਸ ਆ ਜਾਓ ਸਵੇਰੇ ਸਾਰੇ ਵਿਚਾਰੇ ਮੁੰਡੇ ਲੈ ਲੈ ਚੱਤ ਸਰਦ ਜਨਾ ਲੈ ਮੁੰਡੇ ਪੁੱਛੇ ਆ ਜਾਣਗੇ ਆਪਾਂ ਦੋਵੇਂ ਲੱਭਦੇ ਨਿਕਲਦੇ ਆ ਲੈ ਕਿੱਥੇ ਗਿਆ ਕਹਿ ਇਹਨੂੰ ਕਹ ਸਜ ਖੱਬੇ ਗਿਆ ਕਿੱਧਰ ਗਿਆ ਇਹਨੂੰ ਲੱਭ 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 ਮੇਰਾ ਬੋਤਾ ਇਹ ਆਪਾਂ ਕਿਦਾਂ ਨਹੀਂ ਕਰਦਾ ਬਸ ਬੱਸਿਆ ਕਹ ਬਾਬਾ ਕਿਦਾਂ ਨਹੀਂ ਕਰਦਾ ਕੰਮ ਚਾਚਾ ਵਿਚਾਰਤ ਆ ਜਾ ਸਵੇਰੇ ਫੇ ਕਿੱਥੇ ਕੰਮ ਤੇ ਨਾ ਨਾ ਬਾਬਾ ਮੈਂ ਇਹਨੂੰ ਪਹਿਲਾਂ ਲੱਭ ਕੇ ਲੱਭ ਕੇ ਤੇ ਫੇ ਆ ਜਾਗਾ ਨਾ ਵੀ ਲੱਭਾ ਡਾ ਚਲੇ ਲਾਣੀ ਦੋਖ ਦੇਨੇ ਨੇ ਫਿਰ ਨਾ ਆ ਇਹ ਨਾ ਕਦਾ ਨਹੀਂ ਕਰਦਾ ਭਲਾ ਕੰਮ ਲਾਦਾ ਆ ਬਸ ਤੇਰੇ ਮੁਕੱਦਰਾਂ ਚ ਸਾਡੇ ਘਰ ਦਾ ਰਿਜ਼ਕ ਸਿਗਾ ਕਿਹੜਾ 113 ਵਜੇ ਹਾਂਜੀ ਮੇਰਾ ਮੁਕੱਦਰ ਆ ਜੇ ਲੈ ਮੇਰੇ ਮੁਕੱਦਰਾਂ ਜੇ ਆ ਮਿਸਦਰੀ ਲਿਖਿਆ ਹੋਇਆ ਜਿਹੜਾ ਹੋਣਾ ਗਿਆ ਇਹ ਮੈਂ ਤੁਹਾਨੂੰ ਲੱਭ ਕੇ ਦਿਹਾਉਂਗਾ ਤੇ ਕਿਵੇਂ ਜਾਣ ਵੀ ਜਾਊਗਾ ਨਾ ਆ ਕੇਹੀ ਹੋਣਾ ਆਪਾਂ ਇਹਨੂੰ ਲੱਭ ਲੈਣਾ ਮੇਰਾ ਮੁਕੱਦਰ ਆ ਜੇ ਕਾਕਾ ਤਾਂ ਜਰੂਰ ਆ ਬਸ ਆ ਜਾ ਸਵੇਰੇ 8 ਵਜੇ 8 ਵਜੇ ਕੀ ਆਪ ਮੈਨੂੰ ਹੋਣਾ ਮੇਰੇ ਬਾਪ ਮੇਰੀ ਅਲੀਕਾ ਦੱਸਦੀਆਂ ਪਈ ਇਹ ਆ ਗਿਆ ਹੱਥ ਇੱਥੇ ਹੋਣਾ ਡੇ ਲਾ ਕੇ ਮੈਂ ਹੋਰੇ ਪੜ ਲਣਾ ਇਹ ਜਾਣ ਦਿੰਦਾ ਮੈਂ ਆ ਸਾਰੇ ਮੁੰਡੇ ਵੀ ਨਾਲ ਤੇਰੇ ਚਾਰੇ ਓਏ ਕੋਈ ਨਹੀਂ ਦੋ ਮੁੰਡੇ ਲੈ ਲੈਣੇ ਆ ਉਹ ਨਾਲ ਉਹ ਆ ਇਹਨੂੰ ਘੱਲ ਦਾਂਗੇ ਹਾਂ ਚੌਂ ਕੱਲ ਨੂੰ ਤੇ ਦੋ ਆ ਇਹਨੂੰ ਘੱਲ ਦਾਂਗੇ ਚੌਂ ਕੱਲ ਨੂੰ ਆ ਫਾ ਤੇਰੇ ਲੱਕ ਚੋਲਾ ਬਣਾਣਾ ਜਾਣਾ ਕਿੱਥੇ ਆਏ ਆ ਕਿ ਰੱਬ ਨਾਲ ਗੱਪਾਂ ਮਾਰਿਆ ਕਰਾਂਗੇ ਆ ਵਾ ਹਾਸ ਤੇ ਮਾਤ ਮਾਰ ਕੇ ਹੱਸਿਆ ਕਰਾਂਗੇ ਕਿ ਲਾ ਦੇਖ ਯਾਰ 40 ਦੁਕਾਨਾਂ ਤੇ ਬੈਠਾ ਸੀ ਬਹੁਤ ਵੱਡਿਆ ਹੁੰਦਾ ਹਾਂ ਤੈਸਾ ਨਾ ਲਾ ਬਣਾ ਬਹੁਤ ਇਹ ਦੇਖੋ ਕੰਮ ਕਰਾ ਦਿਓ ਇਹ ਕਰੂਗਾ ਕਦਾ ਨਹੀਂ ਕਰਦਾ ਮੈਂ ਮਿਸਤਰੀਆਂ ਨੂੰ ਜਾਣ ਦਾ ਚੰਗੀ ਤਰ੍ਹਾਂ ਇਹ ਨਾ ਆ ਵੀ ਰੋਸ ਕੇ ਬੈਠੇ ਹੁੰਦੇ ਉੱਥੇ 40 ਦੁਕਾਨਾਂ ਤੇ ਪਾਉਥੋਂ ਘੇਰ ਲਿਆ ਹੁਣ ਇਹਨੂੰ